ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਤੇ, ਸਲਾਮ, ਆਦਾਬ, ਕਿਮ ਸੁ ਕਸਾ ਹੈ, ਸਲੋ ਬੋਨਜੁਰ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਜਾਣਿਆ ਦੁੱਖ ਮੁੱਝ ਕੋ, ਦੁੱਖ ਸਬਾਇਆ ਜੱਗ, ਉੱਚੇ ਚੜ੍ਹ ਕੇ ਦੇਖਿਆ ਘਰ ਘਰ ਇਹੀ ਅੱਗ। COVID-19 ਦੇ ਵਿੱਚ ਅਸੀਂ ਸਾਰੇ ਹੀ ਇਹਦੇ ਵਿੱਚ ਤ੍ਰਾਸਤੀ ਦਾ ਜਿਹੜਾ ਔਖਾ ਟਾਈਮ ਆ ਇਕੱਠੇ ਲੰਘ ਰਹੇ ਹਾਂ। ਹੁਣ ਇਹ ਜਿਹੜਾ ਵਾਇਰਸ ਆ ਇਹ ਕਿਸੇ ਨੂੰ ਬਖਸ਼ ਤਾਂ ਨਹੀਂ ਰਿਹਾ। ਹਰ ਇੱਕ ਦੇਸ਼, ਹਰ ਇੱਕ ਸ਼ਹਿਰ, ਹਰ ਇੱਕ ਕਸਬੇ ਦੇ ਵਿੱਚ ਇੰਨੇ ਇਨਫੈਕਸ਼ਨ ਕੀਤੇ ਨੇ। ਔਖੀ ਘੜੀ ਜਿਹੜੀ ਦੁੱਖ ਦੀ ਆ ਲੰਘ ਜਾਊਗੀ, ਲੇਕਿਨ ਇਹ ਸਮਾਂ ਹੈਗਾ ਸਵੈ ਪ੍ਰਚੋਲ ਕਰਨ ਦਾ ਵੀ ਮਨੁੱਖਾ ਤੂੰ ਕਾਹੇ ਇਸ ਜਗ ਵਿੱਚ ਆਇਆ। ਭਾਈ ਪ੍ਰਾਪਤ ਮਾਨੁੱਖ ਦੇ ਹੁਰੀਆ, ਗੋਬਿੰਦ ਮਿਲਣ ਕੇ ਤੇਰੀ ਬਰੀਆ, ਅਵਰ ਕਾਜ ਤੇਰੇ ਕਿਤੇ ਨਾ ਕੰਮ ਮਿਲ, ਸਾਧ ਸੰਗਤ ਭਜ ਕੇਵਲ ਨਾਮ। ਗੁਰ ਕਿਰਪਾ ਔਰ ਭਗਤ ਕਮਾਈ, ਤਬੇ ਮਾਨਸ ਦੇਹੀ ਪਾਏ, ਇਸ ਦੇਹੀ ਕੋ ਸਿਮਰੇ ਦੇਵ, ਸੋ ਦੇਹੀ ਬਜ ਹਰ ਕੀ ਸੇਵ, ਭਜੋ ਗੋਬਿੰਦ ਭੂਲ ਮਤ ਜਾਓ, ਮਾਨਸ ਜਨਮ ਕਾ ਇਹੀ ਲਾ। ਕੈਨੇਡਾ ਦੀ ਸਥਿਤੀ ਕਾਫੀ ਠੀਕ ਹੈਗੀ ਆ, ਕਰੀਬਨ 10,000 ਤੋਂ ਉੱਤੇ ਕੇਸਿਸ ਹੋ ਚੁੱਕੇ ਆ। ਕਰੀਬਨ 120 ਅਤੀ ਪੁਰਾਣੀ ਇਹਦਾ ਸੰਤਾਪ ਨਹੀਂ ਭੋਗ ਚੁੱਕੇ, ਲੇਕਿਨ 50% ਤੋਂ ਜ਼ਿਆਦਾ ਰਿਕਵਰ ਵੀ ਹੋਏ, ਔਰ ਬ੍ਰਿਟਿਸ਼ ਕੋਲੰਬੀਆ 'ਚ 60% ਤੋਂ ਜ਼ਿਆਦਾ ਰਿਕਵਰ ਹੋਇਆ। ਸਾਡਾ ਜਿਹੜਾ ਕੈਨੇਡੀਅਨ ਡੇਟਾ ਇਹ ਦੱਸਦਾ ਵੀ ਜਿਹੜੇ 20 ਤੋਂ 40 ਸਾਲ ਦੇ ਉਮਰ ਦੇ ਨੌਜਵਾਨ ਲੋਕ ਨਾ, ਉਹਨਾਂ ਦੇ ਵਿੱਚ 35% ਇਹ ਵਾਇਰਸ ਜਿਹੜਾ ਪਾਇਆ ਗਿਆ, ਔਰ ਹਾਲਾਂਕਿ ਉਹਨਾਂ ਨੂੰ ਸਿਮਟਮਸ ਬਹੁਤ ਮਾਇਲਡ ਹੁੰਦੇ ਆ, ਔਰ ਜ਼ਿਆਦਾ ਸਪਰੈਡ ਉਹਨਾਂ ਤੋਂ ਹੋ ਰਿਹਾ। ਇਕੁਅਲੀ ਹੀ ਅਸੀਂ ਦੇਖ ਰਹੇ ਹਾਂ ਕਰੀਬਨ 51% ਮੇਲ, 49% ਫੀਮੇਲ 'ਚ ਹੋ ਰਿਹਾ। ਜਿਹੜੀਆਂ ਮੌਤਾਂ ਹੋਈਆਂ ਬਹੁਤੀਆਂ ਵਧੇਰੀ ਉਮਰ 'ਚ ਹੋਈਆਂ, ਉਹਨਾਂ ਦੀ ਐਵਰੇਜ ਏਜ 80 ਸਾਲ ਦੀ ਦੱਸੀ ਜਾ ਰਹੀ ਆ, ਬਹੁਤੇ ਸਾਰੇ ਕੇਅਰ ਹੋਮਸ 'ਚ ਹੋਈਆਂ। ਸਾਡਾ ਕੈਨੇਡੀਅਨ ਜਿਹੜਾ ਹੈਗਾ ਹੌਟਸਪੋਟ ਉਹ ਕਿਊਬੈਕ ਦੇ ਵਿੱਚ ਹੈਗਾ, ਸੰਸਾਰ ਦਾ ਹੌਟਸਪੋਟ ਨਿਊਯਾਰਕ ਬਣਦਾ ਜਾ ਰਿਹਾ ਇਸ ਵੇਲੇ। ਹੁਣ ਇਹ ਜਿਹੜੀ ਮਹਾਂਮਾਰੀ ਹੈ ਕਦੀ ਨਾ ਕਦੀ ਤਾਂ ਹਟੂਗੀ, ਇੱਦਾਂ ਨਹੀਂ ਹੁੰਦਾ ਵੀ ਹਮੇਸ਼ਾ ਰਹੂਗੀ, ਕੁਛ ਬੀਤੇ ਲੱਗ ਸਕਦੇ ਆ, ਹਟੂਗੇ, ਲੇਕਿਨ ਤੁਸੀਂ ਆਪਣਾ ਸੰਯਮ, ਆਪਣਾ ਮਨੋਬਲ ਨਹੀਂ ਖੋਣਾ। ਅਗਰ ਅਸੀਂ ਪਰਮਾਤਮ ਦੇ ਨਾਲ ਜੁੜਾਂਗੇ ਤਾਂ ਕਰੋਨਾ ਦੇ ਖਿਆਲ ਘੱਟ ਹੋਣਗੇ। ਇਹ ਕੰਡੀਸ਼ਨ ਹੁੰਦੀ ਹੈ ਪ੍ਰੀ ਟਰੋਮੈਟਿਕ ਸਟ੍ਰੈਸ ਡਿਸਆਰਡਰ, ਵੀ ਅਜੇ ਕੁਛ ਹੋਇਆ ਨਹੀਂ, ਕਰੋਨਾ ਸਾਡੇ ਕੋਲ ਆਇਆ ਨਹੀਂ, ਲੇਕਿਨ ਸਾਨੂੰ ਉਹਦੀ ਚਿੰਤਾ ਪਈ, ਹਾਏ ਮੈਨੂੰ ਫੜ ਨਾ ਲਏ, ਹਾਏ ਮੈਂ ਸਿੱਖ ਨਾ ਹੋ ਜਾਵਾਂ, ਹਾਏ ਮੇਰੇ ਬੱਚਿਆਂ ਦਾ ਕੀ ਹੋਊਗਾ, ਹਾਏ ਮੇਰੇ ਕੰਮ ਦਾ ਕੀ ਹੋਊਗਾ। ਇਹਦੇ ਨਾਲ ਤੁਸੀਂ ਨੈਗੇਟਿਵਿਟੀ ਕ੍ਰੀਏਟ ਕਰੋਗੇ, ਲੇਕਿਨ ਗੁਰੂ ਮੇਰੇ ਸੰਗ ਸਦਾ ਹੈ ਨਾਲੇ, ਅੰਗ ਸੰਗ ਵਾਹਿਗੁਰੂ, ਕਿਉਂਕਿ ਥਿਰ ਕਰ ਬੈਸੋ ਹਰਜਨ ਪਿਆਰੇ, ਸਤਿਗੁਰ ਤੁਮਰੇ ਕਾਸ ਸਾਰੇ। ਆਪਣੇ ਨਿੱਜ ਘਰ ਦੇ ਵਿੱਚ ਬੈਠੋ, ਸਤ ਸੰਤੋਖ ਰੱਖੋ, ਦਇਆ, ਕੰਪੈਸ਼ਨ, ਔਰ ਜਿਹੜੀ ਵੀ ਤੁਹਾਡੀ ਕਪੈਸਿਟੀ ਤੁਸੀਂ ਵਾਲੰਟੀਅਰ ਕੰਮ ਕਰ ਸਕਦੇ ਜ਼ਰੂਰ ਕਰੋ। ਇਹ ਦੁੱਖ ਦੀ ਘੜੀ ਲੰਘ ਜਾਊਗੀ, ਅਸੀਂ ਸਾਰੇ ਇਕੱਠੇ ਹੈਗੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।